मंजूर, ना मंजूर, ना मंजूर। तुम्हारा बड़ी सरकार मुर्दाबाद, मुर्दाबाद, मुर्दाबाद। बैठ जाओ जी सारे, बैठ जाओ। कौन से घोटा रख दे आगे? पीटूपी चक दे आगे। कौन से घोटा रख दे मुर्दाबाद? ਅੱਜ ਜਿਹੜਾ ਅਸੀਂ ਧਰਨਾ ਲਗਾਇਆ ਜੀ, ਅਸੀਂ ਰਾਣਾ ਸੋਢੀ ਦੀ ਕੋਠੀ ਵੱਲ ਮੂਵ ਕਰਾਂਗੇ। ਸ਼ੁਰੂ ਤੋਂ ਹੀ ਅਸੀਂ ਕਹਿੰਦੇ ਆ ਰਹੇ ਹਾਂ ਕਿ ਜਿਹੜੇ SSA ਰਮਸਾ 9 ਸਾਲਾਂ ਤੋਂ ਗਵਰਨਮੈਂਟ ਦੇ ਸਕੂਲਾਂ ਦੇ ਵਿੱਚ ਸੇਵਾ ਨਿਭਾ ਰਿਹਾ ਹੈ, ਉਹਨਾਂ ਨੂੰ ਹੁਣ ਜਿਹੜਾ 15,300 ਤੇ ਰੈਗੂਲਰ ਕਰਨ ਦਾ ਇੱਕ ਤੋਹਫਾ ਜਿਹੜਾ ਸਰਕਾਰ ਨੇ ਦਿੱਤਾ ਹੈ, ਉਹ ਤੋਹਫਾ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ, ਕਿਉਂਕਿ 65% ਤੋਂ ਲੈ ਕੇ 75% ਤੱਕ ਇਹਨਾਂ ਨੇ ਸਾਡੀ ਸੈਲਰੀ ਦੇ ਵਿੱਚ ਕੱਟ ਲਗਾ ਦਿੱਤਾ ਹੈ। ਜਦੋਂ ਕਿ ਇਹ ਜਿਹੜਾ ਕੱਟ ਹੈ ਕਿਸੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਦੇ ਕੇਸ ਦੇ ਵਿੱਚ ਲਗਾਇਆ ਜਾਂਦਾ ਹੈ ਕਿਸੇ ਵੀ ਸਟੇਟ ਦੇ ਵਿੱਚ, ਔਰ ਪੰਜਾਬ 'ਚ ਐਸਾ ਕੋਈ ਹਜੇ ਕ੍ਰਾਈਸਿਸ ਨਹੀਂ ਆਇਆ ਹੈ। ਸੋ ਇਸ ਮਜਬੂਰੀ ਦੇ ਹੇਠ ਅਸੀਂ ਇਹ ਜਿਹੜਾ ਮੋਰਚਾ ਲਗਾਇਆ ਹੈ ਤੇ ਔਰ ਅਸੀਂ ਰਾਣਾ ਸੋਢੀ ਦੇ ਵੱਲ ਮੂਵ ਕਰਾਂਗੇ। ਕੀ ਤੁਸੀਂ ਕੈਂਡਲ ਮਾਰਚ ਕਰ ਰਹੇ ਹੋ ਜਾਂ ਸ਼ਾਂਤੀ ਮਾਰਚ ਹੋਊਗਾ? ਮਸ਼ਾਲ ਮਾਰਚ ਹੈ, ਇਹ ਮਸ਼ਾਲ ਮਾਰਚ ਹੈ ਜੀ। ਅਸੀਂ ਸਾਰੇ ਪਹਿਲਾਂ ਇੱਥੇ ਆਪਣਾ ਇਕੱਠ ਕਰਕੇ ਤੇ ਉਸ ਤੋਂ ਬਾਅਦ ਅਸੀਂ ਇੱਕ ਕੈਂਡਲ ਮਾਰਚ ਕਰਾਂਗੇ ਰਾਣਾ ਸੋਢੀ ਦੀ ਕੋਠੀ ਦੇ ਵੱਲ। ਮੈਂ ਪੁੱਛਿਆ ਸਰਕਾਰ ਦਾ ਕਹਿਣਾ ਕਿ ਜਿਹੜੀਆਂ ਤੁਹਾਡੇ ਨਾਲ ਜਦੋਂ ਸਮਝੌਤਾ ਹੋਇਆ ਸੀਗਾ ਉਹ ਸ਼ਰਤਾਂ ਜਿਹੜੀਆਂ ਸੀ ਉਹ ਅਸੀਂ ਉਹਨਾਂ ਦੇ NBA ਨੇ ਸਾਰਾ ਕੁਝ ਲਾਗੂ ਕੀਤਾ ਜੋ ਤੁਹਾਡੇ ਜਿਹੜੇ ਆਗੂ ਹੋਣਗੇ, ਪਰ ਫਿਰ ਵੀ ਤੁਹਾਡੇ ਕਿਉਂ ਯੂਨੀਅਨ ਵੱਲੋਂ ਦੁਬਾਰਾ ਸਰਕਾਰ? ਮੈਨੂੰ ਲੱਗਦਾ ਆਪ ਵੀ ਕਨਫਿਊਜ਼ਡ ਹੈ। ਇੱਕ ਪਾਸੇ ਉਹ ਕਹਿੰਦੇ ਕਿ ਲੀਡਰ ਸਾਹਿਬਾਨ ਸਾਡੇ ਕੋਲ ਆਏ ਸੀ, ਸਾਡੀ ਗੱਲਬਾਤ ਹੋਈ ਹੈ। ਦੂਜੇ ਪਾਸੇ ਉਹ ਇਹ ਕਹਿੰਦੇ ਆ ਕਿ ਲੀਡਰਸ ਹੀ ਉੱਥੇ ਬੈਠ ਕੇ ਧਰਨਾ ਕਰ ਰਿਹਾ ਹੈ। ਪਹਿਲਾਂ ਤਾਂ ਸਰਕਾਰ ਜਿਹੜੀ ਆਪਣੀ ਕਨਫਿਊਜ਼ਨ ਦੂਰ ਕਰੇ, ਕਿਉਂਕਿ ਅਸੀਂ ਕਲੀਅਰ ਹਾਂ, ਅਸੀਂ 15,300 ਨਹੀਂ ਲੈਣਾ। ਆਰ ਟੀਵੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਦੀ ਰਿਪੋਰਟ।